ਜਿਹੜਾ ਸੁੱਖਾ ਮਰਦਾ ਫੜ ਚੂੜੀਆਂ ਘਰ ਜਾਣਗੀਆਂ ਹੁਣ ਦਸ ਹੀ ਲੁੱਟ ਲਿਆ ਪੰਜ ਪੰਦਰਾਂ ਦਾ ਕੋਲੇ ਕਹਿੰਦਾ ਜੀ 15 ਦਾ 10 ਰੁਪਇਆ ਜਿਵੇਂ ਭੈਣ ਮੈਨੇਜਰ ਨੂੰ ਦੱਸਦਾ ਮੈਂ ਜਮਾ ਕਰਾਉਣਾ ਹੈ ਨੀ ਝੂਠ ਝਾੜੀ ਲਿਆ ਕੱਢ ਕਹਿੰਦੇ ਬਾਬਾ ਸੱਚਾ ਬੜਾ ਨੀ 15 ਤੋਂ 10 ਰੁਪਏ ਦਰਦ ਹੋ ਗਿਆ ਕਹਿੰਦਾ ਮੇਰੇ ਧੜਕਣ ਬਾਹਰ ਕੀ ਪਤਾ ਮਾਰੀ ਜਾਂਦਾ ਮੋਟਰ ਲਿਆ ਕੇ ਪਿਆ ਦਿਲ ਚਾਹਮਾ ਇੰਨਾ ਸ਼ੁਕਰ ਆ ਵੀ ਪਹਿਲੀ ਗੱਕੀ ਮੇਰਾ ਸਟਾਰਟ ਹੋ ਗਿਆ ਪਹਿਲੀ ਗੱਕੀ ਉਹਨਾਂ ਦਾ ਸਟਾਰਟ ਹੋ ਨਹੀਂ ਤਾਂ ਫਸ ਗਈ ਉਹ ਆਏ ਨੂੰ ਚਲੇ ਗਏ ਪੈਂਟ ਵੀ ਲਾ ਲੈਣਗੇ ਅਗਲੇ ਖੜੇ ਹੁੰਦੇ ਮੈਂ ਤਾਂ ਕੁਕਲ ਨਹੀਂ ਰਹਿ ਮਤਲਬ ਆਪਣੀ ਚੋਰੀ ਘਟੂਗੀ ਰਹਿਤ ਚੱਕੀ ਜਾਊਗੀ ਵੀ ਇੱਕ ਦੋ ਵਾਰ ਨਾ ਗੇੜੇ ਦੇਖੋ ਬੰਦੇ ਨਿਕਲੇ ਕੱਲ ਗੇੜੇ ਆਉਂਦੇ ਆ ਇੱਕ ਦਿਨ ਜਿਹੜਾ ਮਿਲ ਗਿਆ ਉਹ ਤਾਂ ਕੱਦੂ ਕਾ ਹੈ ਜਾਂ ਕਰੋ ਨਾ ਮਰ ਕੇ ਉਹ ਝਾਕਾਂ ਇਹ ਕੀ ਕਰਦੇ ਆ ਜਿਹੜੇ ਬੰਦੇ ਇੱਕ ਇਹ ਨਾ ਦਿਹਾੜੀ ਦੇ ਆਉਂਦੇ ਕਿਸੇ ਦੇ ਲੋਕਾਂ ਦੇ ਨਾ ਦਿਹਾੜੀਆਂ ਤੇ ਰੱਖਿਆ 150 ਰੁਪਏ ਨੂੰ ਤੂੰ ਸ਼ਾਮ ਤੱਕ ਮੈਨੂੰ ਗਲਾ ਬਣਾ ਕੇ ਲਿਆ ਦੇ ਏਡਾ ਕਿਉਂਕਿ ਰੁਪਈਆ 400-500 ਦਾ ਕੰਮ ਕਰ ਦਿੰਦਾ ਬੰਦਾ ਇਹ ਸਾਰੇ ਵੇਚਦੇ ਆ ਗੱਡੀ ਧਰ ਤੱਕ ਪਹੁੰਚਦੀ ਕਿਵੇਂ ਆ ਉਹਨਾਂ ਦੀ ਗੱਡੀ ਪਹੁੰਚਦੀ ਆ ਤੇਰੀ ਮੇਰੀ ਗੱਡੀ ਪਹਿਲੇ ਚੱਕਰੀ ਫੜੀ ਜਾਊ ਆਰਾਮ ਨਾਲ ਇਧਰ ਫਿਰ ਹੁਣ ਕਿੰਨੀ ਦੇਰ ਦੀ ਛੁੱਟੀ ਆ ਮੈਂ ਤਾਂ ਸੋਚਦੇ ਮੈਂ ਕਿਹਾ ਚਲ ਉੱਥੇ ਰਗੜੇ ਦਾ ਕੰਮ ਖੋਲ ਲਾਂਗੇ ਮੁੱਲਾ ਫਿਰ ਇੱਥੇ ਸੁਣਿਆ ਬੰਦ ਹੋ ਗਿਆ ਆਪਣੇ ਪਿੰਡ ਹੋ ਵੀ ਗਏ ਆਪਣੇ ਪਿੰਡ ਵਾਲਾ ਜਿਹੜਾ ਇਹ ਨਿਹੰਗ ਹੁੰਦਾ ਸੀਗਾ ਉੱਥੇ ਕੁੜੀਆਂ ਵੀ ਪੀਂਦੀਆਂ ਪੁੱਤ ਮੁੱਲਾ ਬਦਲਣਾ ਕਹਿੰਦਾ ਕਹਿੰਦੇ ਠੰਡੇ ਵਾਲੀ ਬੋਤਲ ਨਾ 2 ਲੀਟਰ ਵੀ ਪਾ ਕੇ ਲੈ ਉਹ ਵੀ ਮਰਦੀਆਂ ਸੀ ਮੈਂ ਜਦ ਪਾਠ ਕਰ ਮੈਂ ਤੇਰੇ ਕਰਕੇ ਆ ਗਿਆ ਮੈਂ ਦੋ ਮਿੰਟ ਹੁਣ ਫਿਰ ਕਿੰਨਾ ਚਿਰ ਰਹਿਣਾ ਯਾਰ ਇੱਕ ਤਾਂ ਬਾਡੀ ਗਾਰਡ ਰੱਖ ਲਓ ਨਾਲ ਜਾਣ ਨੂੰ ਹੈ ਲੋੜ ਮੈਂ ਕਿਹਾ ਅੱਗੇ ਬਾਬੇ ਕਾ
ਜਾਂਦਾ ਚੱਕਰਾਂ ਵੇ ਤਾਂ ਇੱਥੇ ਉਹ ਐਵੇਂ ਪਾਗਲ ਹੈ ਨੂੰ ਬੰਦ ਕਰ ਚੱਕੀ ਨਹੀਂ ਨਹੀਂ ਚੱਲਦਾ ਉਹ ਚੱਲਦਾ ਲੈ ਬੰਦ ਕਰ ਦੇ ਹੁਣ ਰਿਕਾਰਡਿੰਗ ਬੰਦ ਕਰ ਦੇ ਪੱਗ ਜੀ ਇਹ ਬਣਾ ਤਾ ਜੀ ਇਹ ਆਪਣੇ ਦੂਜਾ ਚਲੂ ਜੀ ਨੇ ਸੈਕਟਰੀ ਕਾਹਦੇ ਨੇ ਜੀ ਜੀਵਨ ਸੈਕਟਰੀ ਨੇ ਜੀ ਨਸ਼ਾ ਛਡਾਊ ਮੁਹਿੰਮ ਜਿਹੜੀ ਚੱਲੀ ਆ ਉਹਨਾਂ ਦੇ ਹੁਣ ਜੀਵਨ ਸੁਧਾਰ ਕਰ ਚੁੱਕਿਆ ਪਹਿਲਾਂ ਟੋਟ ਵੀ ਰਹਿ ਚੁੱਕਿਆ ਆਪਾਂ ਨੂੰ ਡਰ ਕਰੀ ਆ ਜਾਂਦੀਆਂ ਕੈਂਪ ਜਿਹੜਾ ਕਿਸੇ ਨੇ ਆਉਣਾ ਨੀ ਉਹਨਾਂ ਤੋਂ ਵੀ ਲੈਂਦੇ ਉਹ ਚੰਦ ਉਹ ਸੋਨੂ ਨੇ 51,000 ਰੁਪਇਆ ਦੇਤਾ ਉਹ ਕਹਿੰਦਾ ਵੀ ਨਸ਼ਾ ਛਡਾਉਣਾ ਲੋਕਾਂ ਦਾ ਹਾਂ ਮੈਨੂੰ ਪਹਿਲਾਂ ਨੀ ਸੀ ਹੁਣ ਕਰਦਾ ਹਫ਼ਤਾ ਕੁ ਨਾਲ ਚੱਲ ਜਾਣੀ ਬਣਾ ਦੇਣੀ ਰਾਤ ਨੂੰ ਦੋ ਦਿਨ ਲੇਟ ਜਾ